ਜਿਹੜੀ ਅਰਜ਼ ਕਰਦਾ ਪਿਆ ਉਹ ਇਹ ਹੈਗੀ, ਅੱਲਾਹ ਤੁਹਾਨੂੰ ਚੰਗੀਆਂ ਕਰੇ। ਭਾਰਤ ਖੌਫਜ਼ਦਾ ਪਾਕਿਸਤਾਨੀ ਕਮਾਂਡੋ ਲੱਦਾਖ ਪਹੁੰਚ ਕੇ, ਲੱਦਾਖ ਪਾਕਿਸਤਾਨੀ ਕਮਾਂਡੋ ਕਮਾਂਡੋ, ਮੈਂ ਤੁਹਾਨੂੰ ਪਹਿਲੇ ਅਰਜ਼ ਕੀਤੀ ਇਹ ਕਿ ਚੀਨ ਸੁਣ ਭਾਰਤ ਨੂੰ ਘੇਰ ਲਿਆ, ਆ ਪਾਕਿਸਤਾਨੀ ਕਮਾਂਡੋ ਦਾ ਲੱਦਾਖ ਪਹੁੰਚ ਗਏ, ਚੀਨ ਔਰ ਪਾਕਿਸਤਾਨ ਕੀ ਮੁਸ਼ਤਰਕਾ ਜੰਗੀ ਤਿਆਰੀਆਂ, ਸਕਰਦੂ ਏਅਰ ਬੇਸ ਸੇ ਦੁਸ਼ਮਨ ਕਿਉਂ ਖੌਫਜ਼ਦਾ, ਔਰ ਕਾਫੀ ਸਾਰੇ ਜਿਹੜੇ ਤਿਆਰੇ ਹੈਗੇ ਨੇ ਉਹ ਸਕਰਦੂ ਏਅਰ ਬੇਸ 'ਤੇ ਬਿਲਕੁਲ ਇੰਝ ਰੜੀ ਇੰਝ ਇੰਝ ਰੜੀ ਰੜੀ, ਆ ਤਾਲਿਬਾਨ ਇੰਡੀਆ ਪਹੁੰਚ ਗਏ, ਹੈ ਤਾਲਿਬਾਨ ਇੰਡੀਆ ਪਹੁੰਚ ਗਏ, ਆਹ ਪਹੁੰਚ ਗਏ। ਦੋਵਲ ਕੀ ਦੁਰਗਤ ਕਸ਼ਮੀਰੀ ਖੁਸ਼, ਇੰਡੀਆ ਫੌਜ ਕੀ ਦੌੜੇ, ਆ ਇੰਡੀਆ ਕੇ ਖਿਲਾਫ ਅਫਗਾਨਿਸਤਾਨ ਮੈਂ ਬੜੀ ਕਾਰਵਾਈ ਸ਼ੁਰੂ, ਇਹ ਨਹੀਂ ਛੋੜਦੇ, ਮੈਂ ਤੁਹਾਨੂੰ ਇਹ ਗੱਲ ਆਖੀਏ, ਕੰਮ ਹੁਣ ਪੈਵੇ ਹੀ ਪੈਵੇ ਇੱਧਰ, ਹਾਂ ਆ ਚੰਚੜਿਆ ਤਾਂ ਈਦ ਉਸੀ, ਚੰਚੜਿਆ ਤਾਂ ਈਦ ਉਸੀ, ਉਹ ਕਿਹੜਾ ਚੰਚੜ ਸੀ, ਸਾਨੂੰ ਖੁਸ਼ੀ ਨਸੀਬ ਉਸੀ, ਹੈ ਆ ਚੰਚੜਿਆ ਤਾਂ ਈਦ ਉਸੀ, ਉਹ ਕਿਹੜਾ ਚੰਚੜ ਸੀ, ਸਾਨੂੰ ਖੁਸ਼ੀ ਨਸੀਬ ਉਸੀ, ਸਾਨੂੰ ਤਾਂ ਖੁਸ਼ੀ ਉਸ ਦਿਨ ਉਸੀ, ਜਿਸ ਦਿਨ ਮਾਸ਼ਾ ਅੱਲਾ ਮਾਸ਼ਾ ਅੱਲਾ ਮਾਸ਼ਾ ਅੱਲਾ, ਆ ਤਾਲਿਬਾਨ ਕੀ ਹੁਕਮਰਾਨੀ, ਹਾਂ ਤਾਲਿਬਾਨ ਤਾਲਿਬਾਨ ਕੀ ਹੁਕਮਰਾਨੀ ਹਕੀਕਤ, ਰੂਸੀ ਸਦਰ ਕਾ ਤਾਲਿਬਾਨ ਕੇ ਸਾਥ ਕਾਮ ਕਰ ਸਕਤੇ ਹੈ, ਰੂਸੀ ਸਦਰ ਤਾਲਿਬਾਨ ਕੇ ਸਾਥ ਕਾਮ ਕਰ ਸਕਤੇ ਹੈ, ਬਰਤਾਨੀਆ ਵਜ਼ੀਰ ਆਜ਼ਮ, ਹਾਂ ਵਜ਼ੀਰ ਆਜ਼ਮ ਖਾਨਾ ਜੰਗੀ ਰੋਕਣੀ ਹੋਗੀ, ਆ ਚੀਨ ਅਮਰੀਕਾ ਅਤਾਦ ਔਰ ਮੁਸ਼ਤਰਕਾ ਪੋਲਿਸੀ ਅਖਤਿਆਰ ਕਰੇਂਗੇ, ਜੋ ਵਾਰਡਨ ਅਫਗਾਨਿਸਤਾਨ ਸਿਆਸੀ ਹਕੂਮਤ ਕਾ ਕਿਆਮ ਅਮਰੀਕਾ, ਮਤਲਬ ਅਮੈਰੀਕਾ ਚਾਹੁੰਦਾ ਆ ਕਿ ਸਿਆਸੀ ਹਕੂਮਤ ਬਣੇ, ਇਸਲਾਮੀ ਨਾ ਬਣੇ, ਆਹ ਆਹ ਸਿਆਸੀ ਬਣੇ, ਸਿਆਸੀ ਉਹ ਸਿਆਸੀ ਬਣੇ ਤਾਂ ਕਿ ਉਸੀ ਸਦਰ ਅਤੇ ਵਜ਼ੀਰ ਆਜ਼ਮ ਸਦਰ ਉਸੀ ਜਿਹੜੇ ਕੰਮ ਕਰਨ ਲਏ ਉਸ ਰਮਾਂ ਨਾਲ ਤਾਂ ਨਹੀਂ ਬੇਣ ਦੇਣ ਲੱਗੇ, ਨਾ 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 ਨਾ, ਇਹ ਖਵਾਜਾ ਬਰਾਦਰਾਨ ਜਿਹੜੇ ਹੈਗੇ ਨੇ ਖਵਾਜਾ ਬਰਾਦਰਾਨ, ਇਹ ਜੁਗਤੂ ਕਾ ਮਜ਼ਾਰਾ ਕਰੇਂਗੇ, ਜੁਗਤੂ ਕਾ ਜੁਗਤੂ ਕਾ, ਤੁਸਾਂ ਜੁਗਤਾਂ ਨਹੀਂ ਸਮਝਦੇ ਹੋ ਨਾ, ਕਿਸੇ ਕੋਲ ਪੁੱਛੋ ਜੁਗਤ ਕਿਸ ਨੂੰ ਕਹਿੰਦੇ ਨੇ, ਜੁਗਤ ਕੇ ਚੀਜ਼ ਹੁੰਦੀ ਹੈ, ਹਾਂ ਜੁਗਤੂ ਕਾ ਮਜ਼ਾਰਾ, ਹਾਂ ਕੇ ਸਾਥ ਕਾਮ ਕਰ ਸਕਤੇ ਹੈ। ਔਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹੁੰਦਾ ਹਾਂ, ਅਫਗਾਨਿਸਤਾਨ ਸੇ ਜ਼ਿਆਦਾ ਹਾਂ ਦੀਗਰ ਮਕਾਮਾਤ ਸੇ ਦਹਿਸ਼ਤਗਰਦੋਂ ਕੇ ਹਮਲੋਂ ਕਾ ਖਤਰਾ, ਮੁਮਕਿਨ ਨੈਟਵਰਕ ਪਰ ਹਮਲਾ ਕਰਨੇ ਕੀ ਫਜ਼ਾਈ ਸਲਾਹੀਅਤ ਬਰਕਰਾਰ ਰੱਖੇਂਗੇ, ਜੋ ਵੀ ਅਫਗਾਨਿਸਤਾਨ ਛੋੜਨਾ ਚਾਹੇ ਹੈ ਉਸੇ ਵਾਪਸ ਲਾਏਂਗੇ, 6000 ਅਮਰੀਕੀ ਫੌਜੀ ਕਾਬੁਲ ਮੇ ਮੌਜੂਦ ਹੈ, ਅਮਰੀਕੀ ਸਦਰ ਹਾਂ ਅਲਕਾਇਦਾ ਕੋ ਤਬਾਹ ਔਰ ਬਰਬਾਦ ਕਰ ਦਿਆ ਹੈ, ਕਾਬੁਲ ਏਅਰਪੋਰਟ ਸੇ ਬਾਹਰ ਜਾ ਕਰ ਅਮਰੀਕੀ ਸ਼ਹਿਰੀਓਂ ਕੀ ਮਦਦ ਕਰੇਂਗੇ, ਤਰਜਮਾਨ ਪੈਟਾਗੋਨ ਅਫਗਾਨਿਸਤਾਨੀ ਫੋਰਸ ਕੀ ਆਪਣੀ ਆਵਾਮ ਪਰ ਫਾਇਰਿੰਗ, ਵੀਡੀਓ ਮੰਜ਼ਰੇ ਆਮ ਪਰ ਆ ਗਈ, ਕਾਰਵਾਈ ਵੀ ਹੋ ਗਈ, ਮਜ਼ਲੂਮ ਵਿਚਾਰੇ ਮਾਰੇ ਗਏ, ਇਹ ਬੜੇ ਮਾਮਲਾਤ ਖਰਾਬ ਹੈ, ਇਹ ਚੀਜ਼ਾਂ ਅੱਛੀਆਂ ਨਹੀਂ ਲੱਗਣੀਆਂ, ਅੱਛੀਆਂ ਲੱਗਣੀਆਂ, ਹਾਂ ਬਦਾਵਾਂ ਹਮਲੇ ਪਰ ਪਾਕ ਚੀਨ ਮਾਸ਼ੀ ਵਿਜ਼ਨ ਕੇ ਖਿਲਾਫ ਸਾਸ਼ੀ ਮੁਸ਼ਰੂਮ ਮੁਜਰਮੋਂ ਕੋ ਕਟਹਿਰੇ ਮੇਂ ਲਾਏਂਗੇ ਲਾਏਂਗੇ ਇਨਸ਼ਾ ਅੱਲਾ ਜ਼ਰੂਰ ਲਾਏਂਗੇ, ਅਫਗਾਨਿਸਤਾਨ ਹਕੂਮਤ ਕੇ ਪਾਸ ਲੜਨੇ ਕੀ ਹਿੰਮਤ ਨਹੀਂ, ਕੀ ਹੈ ਹਿੰਮਤ ਨਹੀਂ, ਟੂੜਾ ਨਹੀਂ ਖਾਂਦੇ ਉਹ, ਜਾਂ ਦੀ ਰੋਟੀ ਖਾਂਦੇ ਨੇ ਕੀ ਖਾਂਦੇ, ਹਿੰਮਤ ਨਹੀਂ ਥੀ ਤੋ ਕਿਆ ਉਨਕਾ, ਹਾਂ ਜ਼ਰੇ ਆਮਦਨੀ ਕਿਆ ਹੈ, ਬਹੁਤ ਹੋ ਗਿਆ, ਪਾਕਿਸਤਾਨ ਪਰ ਇਲਜ਼ਾਮ ਕਾ ਸਿਲਸਿਲਾ ਬੰਦ ਹੋਣਾ ਚਾਹੀਏ, ਆਪਣੀ ਨਾਕਾਮੀਓਂ ਕੀ ਜ਼ਿੰਮੇਦਾਰੀ ਪਾਕਿਸਤਾਨ ਪਰ ਨਾ ਡਾਲੇ, ਵੋ ਆਈ ਸੀ ਸੀ ਸੈਕਟਰ ਮੈਂ ਜਨਰਲ ਸੇ ਰਾਬਤਾ, ਵਜ਼ੀਰ ਖਾਰਜਾ ਬਿਲਜੀਅਮ ਕੇ ਨਾਇਬ ਸਦਰ ਕੇ ਫੋਨ, ਅਫਗਾਨਿਸਤਾਨ ਕੇ ਹਾਲਾਤ ਪਰ ਤਬਾਦਲਾ ਹੈ ਖਿਆਲ, ਇਹ ਜਿਹੜੀ ਗੱਲ ਤੁਹਾਨੂੰ ਮੈਂ ਆਖੀ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਪਿਆ, ਇਹ ਤਾਲਿਬਾਨ ਵੀ ਉਹਨਾਂ ਦਾ ਜਿਹੜਾ ਧਿਆਨ ਹੈ ਅਮੈਰੀਕਾ ਕਨੀ ਕਾਟੇ ਹੈ, ਅਮੈਰੀਕਾ ਕਨੀ ਵੀ ਅਮੈਰੀਕਾ ਉਹਨਾਂ ਦੇ ਜ਼ਿਹਨ ਵਿੱਚੋਂ ਨਹੀਂ ਨਿਕਲਣਾ, ਨਹੀਂ ਨਿਕਲਣਾ, ਨਹੀਂ ਨਿਕਲਣਾ, ਨਹੀਂ ਨਿਕਲਣਾ, ਨਿਕਲ ਹੀ ਨਹੀਂ ਸਕਦਾ, ਉਹਨਾਂ ਦੀ ਮਾਂ ਮਰੀ, ਉਹਨਾਂ ਦੇ ਭੈਣ ਭਰਾ ਮਰੇ, ਉਹਨਾਂ ਦੇ ਬੱਚੇ ਮਰੇ, ਉਹਨਾਂ ਦੀਆਂ ਭੈਣਾਂ ਮਰੀਆਂ, ਉਹਨਾਂ ਦੀਆਂ ਰਿਸ਼ਤੇਦਾਰ ਮਰੇ, ਕਤਲ ਹੋਏ, ਸ਼ਹੀਦ ਹੋਏ, ਮਰ ਗਏ, ਕਈ ਬੱਚੇ ਯਤੀਮ ਹੋ ਗਏ, ਹੈ ਉਹ ਅਮੈਰੀਕਾ ਛੋੜ ਦੇ ਸਨ, ਇੱਕ ਹੀ ਸਾਹਿਬ ਹੀ ਛੋੜ ਸਨ, ਕੋਈ ਹਿਸਾਬ ਕਿਤਾਬ ਹੈ ਨਾ,
आ कतल दा देखो करानी हुकूमत ए जड़ी सियासी आ हुकूमत क्या मसदे अमेरिका चीन और पाकिस्तान से मदद तलब सानू उसे सियासी हुकूमत बढ़ा के दियो तुसी पुत्र लगने हो सियासी हुकूमत बढ़ा के दियो है तुसा दी ननी छोड़नी मैं तुहानू आ कही हां तुहाडी ये होनी कि तुसी तुसा दी सत नस्ल भी याद रखसन साडे नाल होया के आ और अगे होना के चाहिदा है हर चीज जड़ी है और उस तो बाद मैं जड़ी गल अगे मैं समझना हां ए जड़ा तालिबान के एक वसी अवाम नास हुकूमत के इशारे तालिबान ने हिकमत यार ए इस्लामी हुकूमत इस्लामी हुकूमत कुरानी हुकूमत कत्ल का बदला कत्ल खून का बदला खून हाँ बच्चे का बदला बच्चा हम नहीं छोड़ेंगे एक दफा हमें इधर कुरान की हुकूमत कायम करने दें इस्लाम की हुकूमत कायम करने दें इस्लामी हुकूमत कायम करने दें फिर हम तुम्हारे से बात करेंगे बात क्या होती है तालिबान सुन तालिबान ना जड़ा जेन है उन्हें हुकूमत लभी उन्हें जड़ी फतेह हुई थी है जड़ी उन्हें फतेह हुई थी वो बिल्कुल 100% वो कुरान नी तलावत करते हैं कुरान पढ़ने कुरान नू चुमने कुरान नू सीने नाल लांदे कुरान नू ना अपने नाल रख्या कुरान पाक अपने नाल रख्या था वो कुरान नू एक सेकंड भी अपने नाल दूर नहीं करने अफगानिस्तान विच तालिबान नी जड़ी हुकूमत है इस्लामी हुकूमत इस्लामी हाँ तुसी जितने मर्जी उन्होंने वल दे हो वो सारे ग्रुप नाल शामिल हो सन आ हुण बाहर अंदर कोई ऐसे ओ अहमद शाह मसूद का जड़ा बेटा हैगा है वो भी माशाअल्लाह वो तालिबान नाल शामिल हो गया उस तो बाद जनाब अशरफ गनी का भरा है वो भी माशाअल्लाह वो भी उन्होंने नाल शामिल हो गया उस तो बाद जनाब हिकमत यार हैं ये भी जड़ा अपना वजन है या जेडे अपने मामलात है उन्होंने पलड़े ही पाते हैं और जड़ा है इधर अब्दुल्ला वो तक दो ही तालिबाना भी करना सारी तक दो तालिबाना भी करना वो तालिबाना के नाल उसे कोई लभे या न लभे एक गल मैं पहले दसा वो जड़ा अफगानिस्तान ना जड़ा मोर्चा है मोर्चा बदले वाला मोर्चा हाँ इंतकाम वाला मोर्चा वसी तर मफाद का जरा मोर्चा मिजाइल चाड़ने वाला लड़ने वाला मोर्चा तबाही फैलाने वाला मोर्चा वो अब्दुल्ला अपने कोल रख सी वो किसी नु नहीं देना ना किसी नु ते मामा बांट देवे ना मामा उसी हुण जिहड़ी गल तुहाडे नाल करना है अफगानिस्तान का जरा सदर उसी अगर मेरी गल ते तुहानू अगर यकीन है 100% तुसानू ये गल आखना वो तालिबान विचों सी और मुला उम्बर जैस जिस तरह मुला उम्बर सी दलेर भी सी बहादुर भी सी और काम करना जानता भी सी उहिया बंदा मैं तुहानू ना भी दस्सदा ना मेरे दिमाग विच मेरी ये इत्थे है बस इत्थो चुके एक मिनट इत्थे सटना मैं तुहानू ना भी दे दसा माशाअल्लाह और जिहड़ी है जिहड़े मामलात हैगे ने इंशाअल्लाह बड़ी आसानी नाल उसन